ਹਾਂਜੀ ਅੰਮ੍ਰਿਤਸਰ ਵਾਲਿਓ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਟਰਾਈ ਕਰਨ ਲੱਗੇ ਹਾਂ ਜੀ ਦਾਲ ਵਾਲੀ ਕਚੌੜੀ, ਜਿਹੜੀ ਯਾਰ ਸ਼ੁੱਧ ਦੇਸੀ ਘਿਓ ਨਾਲ ਤਿਆਰ ਕੀਤੀ ਜਾਂਦੀ ਆ। ਆਇਓ ਟਰਾਈ ਕਰਕੇ ਵੇਖਦੇ ਹਾਂ ਜੀ ਕਿੱਦਾਂ ਦੀ ਆ। ਇੱਥੋਂ ਯਾਰ ਆਪਾਂ ਟਿਕਟ ਬਾਏ ਕਰ ਲਈ ਆ ਅਤੇ ਹੁਣ ਆਪਾਂ ਚੱਲਦੇ ਹਾਂ ਜੀ ਉੱਧਰ ਆਪਣੀ ਕਚੌੜੀ ਖਾਣ। ਗਾਈਸ ਇੱਧਰ ਯਾਰ ਆਪਣੀ ਦੇਸੀ ਘਿਓ ਵਾਲੀ ਕਚੌਰੀ ਆ ਚੁੱਕੀ ਆ, ਦਾਲ ਕਚੌਰੀ ਅਤੇ ਨਾਲ ਹੈਗਾ ਵਾ ਜੀ ਲੌਂਜੀ ਸ਼ੁੱਧ ਦੇਸੀ ਘਿਓ ਵਾਲੀ। ਹੁਣ ਆਪਾਂ ਟਰਾਈ ਕਰਕੇ ਵੇਖਦੇ ਹਾਂ ਜੀ ਕਿੱਦਾਂ ਦੀ ਆ, ਤੁਹਾਨੂੰ ਖਾ ਕੇ ਟੇਸਟ ਦੱਸਦੇ ਹਾਂ। ਵਧੀਆ ਲੱਗੀ ਹੋਵੇ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਜਾਇਓ। ਥੈਂਕ ਯੂ। ਹਾਂਜੀ ਅੰਮ੍ਰਿਤਸਰ ਵਾਲਿਓ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਟਰਾਈ ਕਰਨ ਲੱਗੇ ਹਾਂ ਜੀ ਦਾਲ ਵਾਲੀ ਕਚੌੜੀ, ਜਿਹੜੀ ਯਾਰ ਸ਼ੁੱਧ ਦੇਸੀ ਘਿਓ ਨਾਲ ਤਿਆਰ ਕੀਤੀ ਜਾਂਦੀ ਆ। ਆਇਓ ਟਰਾਈ ਕਰਕੇ ਵੇਖਦੇ ਹਾਂ ਜੀ ਕਿੱਦਾਂ ਦੀ ਆ। ਇੱਥੋਂ ਯਾਰ ਆਪਾਂ ਟਿਕਟ ਬਾਏ ਕਰ ਲਈ ਆ ਅਤੇ ਹੁਣ ਆਪਾਂ ਚੱਲਦੇ ਹਾਂ ਜੀ ਉੱਧਰ ਆਪਣੀ ਕਚੌੜੀ ਖਾਣ। ਗਾਈਸ ਇੱਧਰ ਯਾਰ ਆਪਣੀ ਦੇਸੀ ਘਿਓ ਵਾਲੀ ਕਚੌਰੀ ਆ ਚੁੱਕੀ ਆ, ਦਾਲ ਕਚੌਰੀ ਅਤੇ ਨਾਲ ਹੈਗਾ ਵਾ ਜੀ ਲੌਂਜੀ ਸ਼ੁੱਧ ਦੇਸੀ ਘਿਓ ਵਾਲੀ। ਹੁਣ ਆਪਾਂ ਟਰਾਈ ਕਰਕੇ ਵੇਖਦੇ ਹਾਂ ਜੀ ਕਿੱਦਾਂ ਦੀ ਆ, ਤੁਹਾਨੂੰ ਖਾ ਕੇ ਟੇਸਟ ਦੱਸਦੇ ਹਾਂ। ਵਧੀਆ ਲੱਗੀ ਹੋਵੇ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਜਾਇਓ। ਥੈਂਕ ਯੂ। ਹਾਂਜੀ ਅੰਮ੍ਰਿਤਸਰ ਵਾਲਿਓ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਟਰਾਈ ਕਰਨ ਲੱਗੇ ਹਾਂ ਜੀ ਦਾਲ ਵਾਲੀ ਕਚੌੜੀ, ਜਿਹੜੀ ਯਾਰ ਸ਼ੁੱਧ ਦੇਸੀ ਘਿਓ ਨਾਲ ਤਿਆਰ ਕੀਤੀ ਜਾਂਦੀ ਆ। ਆਇਓ ਟਰਾਈ ਕਰਕੇ ਵੇਖਦੇ ਹਾਂ ਜੀ ਕਿੱਦਾਂ ਦੀ ਆ। ਇੱਥੋਂ ਯਾਰ ਆਪਾਂ ਟਿਕਟ ਬਾਏ ਕਰ ਲਈ ਆ ਅਤੇ ਹੁਣ ਆਪਾਂ ਚੱਲਦੇ ਹਾਂ ਜੀ ਉੱਧਰ ਆਪਣੀ ਕਚੌੜੀ ਖਾਣ। ਗਾਈਸ ਇੱਧਰ ਯਾਰ ਆਪਣੀ ਦੇਸੀ ਘਿਓ ਵਾਲੀ ਕਚੌਰੀ ਆ ਚੁੱਕੀ ਆ, ਦਾਲ ਕਚੌਰੀ ਅਤੇ ਨਾਲ ਹੈਗਾ ਵਾ ਜੀ ਲੌਂਜੀ ਸ਼ੁੱਧ ਦੇਸੀ ਘਿਓ ਵਾਲੀ। ਹੁਣ ਆਪਾਂ ਟਰਾਈ ਕਰਕੇ ਵੇਖਦੇ ਹਾਂ ਜੀ ਕਿੱਦਾਂ ਦੀ ਆ, ਤੁਹਾਨੂੰ ਖਾ ਕੇ ਟੇਸਟ ਦੱਸਦੇ ਹਾਂ। ਵਧੀਆ ਲੱਗੀ ਹੋਵੇ ਵੀਡੀਓ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਜਾਇਓ। ਥੈਂਕ ਯੂ। ਹਾਂਜੀ ਅੰਮ੍ਰਿਤਸਰ ਵਾਲਿਓ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਟਰਾਈ ਕਰਨ ਲੱਗੇ ਹਾਂ ਜੀ ਦਾਲ ਵਾਲੀ ਕਚੌੜੀ, ਜਿਹੜੀ ਯਾਰ ਸ਼ੁੱਧ ਦੇਸੀ ਘਿਓ ਨਾਲ ਤਿਆਰ ਕੀਤੀ ਜਾਂਦੀ ਆ। ਆਇਓ ਟਰਾਈ ਕਰਕੇ ਵੇਖਦੇ ਹਾਂ ਜੀ ਕਿੱਦਾਂ ਦੀ ਆ। ਇੱਥੋਂ ਯਾਰ ਆਪਾਂ ਟਿਕਟ ਬਾਏ ਕਰ ਲਈ ਆ ਅਤੇ ਹੁਣ ਆਪਾਂ ਚੱਲਦੇ ਹਾਂ ਜੀ ਉੱਧਰ ਆਪਣੀ ਕਚੌੜੀ ਖਾਣ। ਕਾਪਾ ਪਾਈ ਨਾ 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 ਕਾਪਾ ਪਾਈ ਨਾ।
ਗਾਈਸ ਇੱਧਰ ਯਾਰ ਆਪਣੀ ਦੇਸੀ ਘਿਓ ਵਾਲੀ ਕਚੋਰੀ ਆ ਚੁੱਕੀ ਆ, ਦਾਲ ਕਚੋਰੀ ਅਤੇ ਨਾਲ ਹੈਗਾ ਵਾ ਜੀ ਲੌਂਜੀ ਸ਼ੁੱਧ ਦੇਸੀ ਘਿਓ ਵਾਲੀ। ਹੁਣ ਆਪਾਂ ਟਰਾਈ ਕਰਕੇ ਵੇਖਦੇ ਹਾਂ ਜੀ ਕਿੱਦਾਂ ਦੀ ਆ, ਤੁਹਾਨੂੰ ਖਾ ਕੇ ਟੇਸਟ ਦੱਸਦੇ ਹਾਂ। ਵਧੀਆ ਲੱਗੀ ਹੋਵੇ ਵੀਡੀਓ 'ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਜਾਇਓ। ਥੈਂਕ ਯੂ।